पंजाब में शहीद भगत सिंह के पृथक गांव खटकड़ कला में स्थित म्यूजियम में 28 सितंबर को भगत सिंह के 112वें जन्म दिवस पर, हालांकि सरकार ने राज्य स्तरीय समागम का नाम तो दे दिया, लेकिन इस मौके पर कोई रैली या समागम नहीं करवाया गया। ਜਿਵੇਂ ਅੱਜ ਵੀ ਮਤਲਬ ਉਹਨਾਂ ਦੇ ਸ਼ਹੀਦ ਹੋਏ ਨੂੰ ਮਤਲਬ ਕਈ ਵਾਰੇ ਬੀਤ ਚੁੱਕੇ ਨੇ, ਪਰ ਅੱਜ ਵੀ ਪੰਜਾਬ ਦੇ ਜਾਂ ਹੋਰ ਇਲਾਕੇ ਦੇ ਭਾਰਤ ਦੇ ਵੀ ਹਨ, ਲੋਕਾਂ ਦੇ ਉਹ ਦਿਲਾਂ 'ਚ ਵੱਸਦਾ ਵਾ। ਮਤਲਬ ਆਪਾਂ ਭਗਤ ਸਿੰਘ ਦੀ ਤਸਵੀਰ ਨੂੰ ਸਰਕਾਰ ਭਾਵੇਂ ਕਹਿ ਲਓ ਜਿੰਨਾ ਮਰਜ਼ੀ ਕੋਸ਼ਿਸ਼ ਕਰਕੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰੇ, ਹੈ ਨਾ, ਭਾਵੇਂ ਕਿਤਾਬਾਂ 'ਚੋਂ ਕੱਢਦੇ, ਸਿਲੇਬਸਾਂ 'ਚੋਂ ਕੱਢਦੇ, ਹੈ ਨਾ, ਲੋਕਾਂ ਦੀਆਂ ਥਾਵਾਂ ਤੋਂ ਉਹਨਾਂ ਨੂੰ ਪਰੇ ਕਰ ਦੇਵੇ, ਪਰ ਅੱਜ ਫਿਰ ਵੀ ਮਤਲਬ ਇੰਨੇ ਸਾਲਾਂ ਬਾਅਦ ਵੀ ਅੱਜ ਲੋਕ ਹੈ ਜਿਹੜੇ ਆਪਣੇ ਜਿਹੜਾ ਪਿਆਰਾ ਸ਼ਹੀਦ ਆ ਉਹਨੂੰ ਅੱਜ ਵੀ ਯਾਦ ਰੱਖਦੇ ਨੇ ਨਾ। ਪਰ ਇਹਦਾ ਜਿਹੜਾ ਮਤਲਬ ਕਹਿ ਲਓ ਉਪਰਾਲਾ ਅੱਜ ਦੀ ਪੀੜ੍ਹੀ ਨੂੰ ਕਰਨਾ ਪਊਗਾ, ਤਾਂ ਕਿ ਅੱਗੇ ਜਿਹੜੀਆਂ ਆਉਣ ਵਾਲੀ ਪੀੜ੍ਹੀਆਂ ਨੇ ਮਤਲਬ ਉਹਨਾਂ ਦੇ ਮਨਾਂ 'ਚ ਵੀ ਉਹਨਾਂ ਦੇ ਦਿਲਾਂ 'ਚ ਵੀ ਇਹਦੀ ਤਸਵੀਰ ਜਿਉਂਦੀ ਰਹੇ, ਕਿਉਂਕਿ ਇਹ ਨੇ ਜਿਹੜੇ ਸਰਕਾਰੀ ਅਦਾਰੇ ਨੇ, ਹੈ ਨਾ, ਤੁਸੀਂ ਕੋਈ ਸਰਕਾਰ ਦੀ ਗੱਲ ਕਰ ਲਓ, ਹੈ ਨਾ, ਮਿਊਜ਼ੀਅਮ ਜਿੱਥੇ ਜਿੱਥੇ ਇਹਨਾਂ ਨੇ ਬਣਾਇਆ ਜਾਂ ਜਿੱਥੇ ਜਿੱਥੇ ਬੁੱਤ ਵੀ ਬਣੇ ਹੋਏ ਨੇ, ਜਿਵੇਂ ਅਸੀਂ ਲੁਧਿਆਣੇ ਹੈ, ਲੁਧਿਆਣੇ ਵੀ ਭਗਤ ਸਿੰਘ ਦਾ ਜਿਹੜਾ ਬੁੱਤ ਪਰ ਉਹਨਾਂ ਦਾ ਸਿਰਫ ਕੰਮ ਇਹੀ ਹੁੰਦਾ ਵੀ 23 ਮਾਰਚ ਜਾਂ 28 ਸਤੰਬਰ ਨੂੰ ਆ ਕੇ ਉੱਥੇ ਉਹਨਾਂ 'ਤੇ ਹਾਰ ਚੜ੍ਹਾਉਣੇ। ਪਰ ਭਗਤ ਸਿੰਘ ਦੇ ਜਿਹੜੇ ਸੁਪਨੇ ਨੂੰ ਸਾਕਾਰ ਕਰਨ ਦੀ ਗੱਲ ਕਰਦੇ ਹੋ, ਮਤਲਬ 70 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ, ਹੈ ਨਾ। ਇਹਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਸੀਗਾ, ਉਹ ਕਹਿੰਦਾ ਸੀਗਾ ਕਿ ਅੱਜ ਅਸੀਂ ਨੌਜਵਾਨਾਂ ਨੂੰ ਬੰਬ ਪਿਸਤੌਲ ਚੱਕਣ ਲਈ ਨਹੀਂ ਕਹਿੰਦੇ, ਹੈ ਨਾ। ਨੌਜਵਾਨਾਂ ਲਈ ਕੰਮ ਇਸ ਤੋਂ ਵੀ ਵੱਡੇ ਨੇ, ਉਹ ਕਿਹੜੇ ਕੰਮ ਹੈਗੇ ਨੇ ਕਿ ਇਨਕਲਾਬ ਦਾ ਸੁਨੇਹਾ ਜਿਹੜਾ ਅਸੀਂ ਲੈ ਕੇ ਤੁਰੇ ਸੀਗੇ, ਹੈ ਨਾ, ਉਸ ਸੁਨੇਹੇ ਨੂੰ ਜਿਹੜੇ ਨੌਜਵਾਨ ਨੇ ਉਹ ਪਿੰਡ ਪਿੰਡ ਝੁੱਗੀ ਝੁੱਗੀ ਕਿਸਾਨਾਂ 'ਚ ਮਜ਼ਦੂਰਾਂ 'ਚ ਬਾਕੀ ਨੌਜਵਾਨਾਂ ਤੱਕ ਲੈ ਕੇ ਜਾਣ, ਹੈ ਨਾ। ਅਤੇ ਇਹ ਕਿਵੇਂ ਦਾ ਸਮਾਜ ਸਿਰਜਿਆ ਜਾ ਸਕੇ ਜਿੱਥੇ ਬਰਾਬਰੀ ਹੋਵੇ, ਲੁੱਟਦਾ ਨਾ ਹੋਵੇ। ਇਹ ਜਿਹੜੀਆਂ ਸਰਕਾਰਾਂ ਨੇ, ਹੈ ਨਾ, 70 ਸਾਲ ਤੋਂ ਆਪਾਂ ਆਜ਼ਾਦੀ ਦੇਖ ਰਹੇ ਹਾਂ, ਇਹ ਕਿਹੜੀ ਜਿਹੀ ਆਜ਼ਾਦੀ ਹੈ ਕਿ ਨਹੀਂ। ਇੱਥੇ ਜੇ ਲੋਕ ਆਪਣਾ ਮਤਲਬ ਕਿ ਰੋਸ ਪ੍ਰਦਰਸ਼ਨ ਵੀ ਕਰਦੇ ਨੇ, ਪੁਲਿਸ ਉਹਨਾਂ 'ਤੇ ਡੁੰਡਿਆਂ ਮਾਰ ਕੇ ਭਜਾ ਦਿੰਦੀ ਹੈ। ਬਹਰਹਾਲ ਮਿਊਜ਼ੀਅਮ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰ ਜੰਗ ਆਜ਼ਾਦੀ ਕੇ ਸ਼ਹੀਦੋ ਕੀ ਗਾਥਾ ਜ਼ਰੂਰ ਤਾਜ਼ਾ ਕਰ ਦੀ। ਇਸ ਮਿਊਜ਼ੀਅਮ ਮੇ ਸੈਂਡਰਸ ਹੱਤਿਆਕਾਂਡ, ਸ਼ਹੀਦ ਭਗਤ ਸਿੰਘ ਕਾ ਭੇਸ਼ ਬਦਲ ਕਰ ਲਾਹੌਰ ਸੇ ਨਿਕਲਨਾ, ਫਿਰੋਜ਼ਪੁਰ ਮੇ ਸ਼ਹੀਦ ਭਗਤ ਸਿੰਘ ਕੀ ਸਭਾਏ, ਅਸੈਂਬਲੀ ਹਾਲ ਬਮ ਕਾਂਡ, ਜਲਿਆਂਵਾਲਾ ਬਾਗ ਕੇ ਸਾਥ ਸਾਥ ਗਦਰ ਲਹਿਰ ਔਰ ਪੰਜਾਬ ਕਾ ਆਜ਼ਾਦੀ ਸੇ ਪਹਿਲੇ ਔਰ ਉਸ ਸਮੇਂ ਕੀ ਘਟਨਾਓਂ ਕੋ ਚਿੱਤਰ ਕੇ ਮਾਧਿਅਮ ਸੇ ਦਿਖਾਇਆ ਗਿਆ। तो वहीं अमृतसर साहिब में 13 अप्रैल साल 1919 को हुई जलियांवाला बाग की घटना का टॉप मॉडल भी बनाया गया है। जालंधर से न्यूज के लिए अमित शर्मा की रिपोर्ट।